ਫਾਜ਼ਿਲਕਾ ਦੇ ਨਗਰ ਕੌਂਸਲ ਨੂੰ ਮਿਲੀ ਨਵੀਂ ਇਨੋਵਾ ਕ੍ਰਿਸਟਾ। ਨਗਰ ਕੌਂਸਲ ਪ੍ਰਧਾਨ ਨੂੰ ਵਿਧਾਇਕ ਦਵਿੰਦਰ ਕੁਬਾਇ ਨੇ ਸੌਂਪੀ ਚਾਬੀ। ਫਾਜ਼ਿਲਕਾ ਦੀ ਨਗਰ ਕੌਂਸਲ ਨੂੰ ਅੱਜ ਨਵੀਂ ਇਨੋਵਾ ਕ੍ਰਿਸਟਾ ਗੱਡੀ ਮਿਲ ਗਈ ਹੈ। ਨਗਰ ਕੌਂਸਲ ਪ੍ਰਧਾਨ ਨੂੰ ਇਸ ਦੀ ਚਾਬੀ ਵਿਧਾਇਕ ਦਵਿੰਦਰ ਸਿੰਘ ਕੁਬਾਇ ਵੱਲੋਂ ਸੌਂਪੀ ਗਈ। ਚੰਡੀਗੜ੍ਹ ਤੋਂ ਗੱਡੀ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਿਦੇਵਾ ਜਲਦ ਹੀ ਫਾਜ਼ਿਲਕਾ ਪਹੁੰਚ ਰਹੇ ਹਨ। ਜਾਣਕਾਰੀ ਦਿੰਦੇ ਹੋਏ ਐਡਵੋਕੇਟ ਸੁਰਿੰਦਰ ਸਿਦੇਵਾ ਨੇ ਦੱਸਿਆ ਕਿ ਨਗਰ ਕੌਂਸਲ ਦੇ ਵਿੱਚ ਚੰਡੀਗੜ੍ਹ ਆਉਣ ਜਾਣ ਦੇ ਲਈ ਇੱਕ ਗੱਡੀ ਦੀ ਜ਼ਰੂਰਤ ਸੀ। ਪੁਰਾਣੀ ਗੱਡੀ ਕੰਡਮ ਹੋ ਗਈ ਸੀ, ਜਿਸ ਤੋਂ ਬਾਅਦ ਇੱਥੇ ਨਵੀਂ ਗੱਡੀ ਦੀ ਬੇਹਦ ਜ਼ਰੂਰਤ ਸੀ, ਜਿਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਮਤਾ ਪਾਇਆ ਗਿਆ ਅਤੇ ਇੱਕ ਨਵੀਂ ਗੱਡੀ ਲਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਨੋਵਾ ਕ੍ਰਿਸਟਾ ਗੱਡੀ ਨਗਰ ਕੌਂਸਲ ਵੱਲੋਂ ਲਿੱਤੀ ਗਈ ਹੈ, ਜਿਸ ਦੀ ਚਾਬੀ ਅੱਜ ਵਿਧਾਇਕ ਦਵਿੰਦਰ ਸਿੰਘ ਕੁਬਾਇ ਵੱਲੋਂ ਸੌਂਪੀ ਗਈ। ਫਾਜ਼ਿਲਕਾ ਨਗਰ ਕੌਂਸਲ ਨੂੰ ਨਵੀਂ ਗੱਡੀ ਮਿਲਣ 'ਤੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਿਦੇਵਾ ਨੂੰ ਉਹਨਾਂ ਦੇ ਸਮਰਥਕਾਂ ਵੱਲੋਂ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।